ਮੈਂ ਸਭ ਤੋਂ ਪਹਿਲੇ ਆ ਜਿਹੜਾ ਘੁਟਾਲਾ ਹੋਇਆ ਅਸੀਂ ਅਕਾਲੀ ਦਲ ਨੇ ਦੱਸਿਆ ਸੀ, ਸਭ ਤੋਂ ਵੱਧ ਵੱਡਾ ਘੁਟਾਲਾ ਜੇ ਸ਼ਰਾਬ ਦਾ ਕੀਤਾ ਦਿੱਲੀ ਹੋਇਆ, ਕੇਜਰੀਵਾਲ ਨੇ ਆਪ ਕੀਤਾ, ਅਤੇ ਉਹਦੇ ਬਾਅਦ ਜਿਹੜਾ ਘੁਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ। ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ, ਪੰਜਾਬ ਦੇ ਘੁਟਾਲੇ ਦੀ ਮੀਟਿੰਗ ਹੋਈ, ਮੈਂ ਦਿਨ ਵੀ ਦੱਸਿਆ ਸੀ, ਡੇਟ ਵੀ ਦੱਸੀ ਸੀ, ਕਿਹੜੇ ਕਿਹੜੇ ਬੰਦੇ ਉੱਥੇ ਅਸੀਂ ਦੱਸੇ ਸੀ। ਪਰ ਮੈਂ ਹੈਰਾਨ ਹੈ ਕਿ ਦਿੱਲੀ ਤਾਂ ਕੇਜਰੀਵਾਲ ਫੜ ਲਿਆ ਅਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ? ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਸੁਖੀ ਜੀ? ਭਗਵੰਤ ਮਾਨ ਨੂੰ ਅਤੇ ਐਕਸਾਈਜ਼ ਮਿਨਿਸਟਰ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ, ਕਿਉਂਕਿ ਦਿੱਲੀ ਤੋਂ ਵੱਡਾ ਘੁਟਾਲਾ ਪੰਜਾਬ 'ਚ ਹੋਇਆ, ਭਗਵੰਤ ਮਾਨ ਸਰਕਾਰ ਨੇ ਕੀਤਾ। ਉੱਥੇ ਇੱਕ ਹੋਰ ਦੁਖਦ ਖਬਰ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਖੁਦ ਦੇ ਸ਼ਹਿਰ ਸੰਗਰੂਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ। ਮੈਂ ਉਹੀ ਕਹਿ ਰਿਹਾ, ਬੜੀ ਦੁੱਖ ਦੀ ਘਟਨਾ ਹੈ। ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ, ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ, ਪਰਵਾਹ ਹੀ ਨਹੀਂ ਹੈ। ਅਤੇ ਜਿਹੜੇ 21 ਲੋਕਾਂ ਦੀ ਸ਼ਹਾਦਤ, ਜ਼ਿੰਮੇਵਾਰ ਤਾਂ ਸਰਕਾਰ ਹੈ, ਇਹਨਾਂ ਦੀ ਨਲਾਇਕੀ ਹੈ ਸਹੀ ਮੰਨੇ 'ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ। ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕਿ ਸਾਡਾ ਮੁੱਖ ਮੰਤਰੀ ਹੈ ਕੋਈ, ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ, ਉਹਨੂੰ ਕੋਈ ਫਿਕਰ ਹੀ ਨਹੀਂ ਹੈ। ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦੇਣਾ, ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬੈਠਾ। ਆਹ ਤਾਂ ਫਰਕ ਹੈ, ਇਹਨਾਂ ਦੀ ਸੋਚ ਦਾ ਫਰਕ ਹੈ ਨਾ। ਉਹਨਾਂ ਨੇ ਵੋਟਾਂ ਲਿੱਤੀਆਂ ਸ਼ਹੀਦਾਂ ਦੇ ਨਾਂ 'ਤੇ, ਉਹਨਾਂ ਨੇ ਵੋਟਾਂ ਲਿੱਤੀਆਂ, ਪਰ ਸਭ ਤੋਂ ਵੱਧ ਅਪਮਾਨ ਜੇ ਸ਼ਹੀਦਾਂ ਦਾ ਕੀਤਾ ਆਮ ਆਦਮੀ ਪਾਰਟੀ। ਮੈਂ ਸਭ ਤੋਂ ਪਹਿਲੇ ਆ ਜਿਹੜਾ ਘੁਟਾਲਾ ਹੋਇਆ ਅਸੀਂ ਅਕਾਲੀ ਦਲ ਨੇ ਦੱਸਿਆ ਸੀ, ਸਭ ਤੋਂ ਵੱਧ ਵੱਡਾ ਘੁਟਾਲਾ ਜੇ ਸ਼ਰਾਬ ਦਾ ਕੀਤਾ ਦਿੱਲੀ ਹੋਇਆ, ਕੇਜਰੀਵਾਲ ਨੇ ਆਪ ਕੀਤਾ, ਅਤੇ ਉਹਦੇ ਬਾਅਦ ਜਿਹੜਾ ਘੁਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ। ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ, ਪੰਜਾਬ ਦੇ ਘੁਟਾਲੇ ਦੀ ਮੀਟਿੰਗ ਹੋਈ, ਮੈਂ ਦਿਨ ਵੀ ਦੱਸਿਆ ਸੀ, ਡੇਟ ਵੀ ਦੱਸੀ ਸੀ, ਕਿਹੜੇ ਕਿਹੜੇ ਬੰਦੇ ਉੱਥੇ ਅਸੀਂ ਦੱਸੇ ਸੀ। ਪਰ ਮੈਂ ਹੈਰਾਨ ਹੈ ਕਿ ਦਿੱਲੀ ਤਾਂ ਕੇਜਰੀਵਾਲ ਫੜ ਲਿਆ ਅਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ? ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਸੁਖੀ ਜੀ? ਭਗਵੰਤ ਮਾਨ ਨੂੰ ਅਤੇ ਐਕਸਾਈਜ਼ ਮਿਨਿਸਟਰ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ, ਕਿਉਂਕਿ ਦਿੱਲੀ ਤੋਂ ਵੱਡਾ ਘੁਟਾਲਾ ਪੰਜਾਬ 'ਚ ਹੋਇਆ, ਭਗਵੰਤ ਮਾਨ ਸਰਕਾਰ ਨੇ ਕੀਤਾ। ਉੱਥੇ ਇੱਕ ਹੋਰ ਦੁਖਦ ਖਬਰ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਖੁਦ ਦੇ ਸ਼ਹਿਰ ਸੰਗਰੂਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ। ਮੈਂ ਉਹੀ ਕਹਿ ਰਿਹਾ, ਬੜੀ ਦੁੱਖ ਦੀ ਘਟਨਾ ਹੈ। ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ, ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ, ਪਰਵਾਹ ਹੀ ਨਹੀਂ ਹੈ। ਅਤੇ ਜਿਹੜੇ 21 ਲੋਕਾਂ ਦੀ ਸ਼ਹਾਦਤ, ਜ਼ਿੰਮੇਵਾਰ ਤਾਂ ਸਰਕਾਰ ਹੈ, ਇਹਨਾਂ ਦੀ ਨਲਾਇਕੀ ਹੈ ਸਹੀ ਮੰਨੇ 'ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ। ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕਿ ਸਾਡਾ ਮੁੱਖ ਮੰਤਰੀ ਹੈ ਕੋਈ, ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ, ਉਹਨੂੰ ਕੋਈ ਫਿਕਰ ਹੀ ਨਹੀਂ ਹੈ। ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦੇਣਾ, ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬੈਠਾ। ਆਹ ਤਾਂ ਫਰਕ ਹੈ, ਇਹਨਾਂ ਦੀ ਸੋਚ ਦਾ ਫਰਕ ਹੈ ਨਾ। ਉਹਨਾਂ ਨੇ ਵੋਟਾਂ ਲਿੱਤੀਆਂ ਸ਼ਹੀਦਾਂ ਦੇ ਨਾਂ 'ਤੇ, ਉਹਨਾਂ ਨੇ ਵੋਟਾਂ ਲਿੱਤੀਆਂ, ਪਰ ਸਭ ਤੋਂ ਵੱਧ ਅਪਮਾਨ ਜੇ ਸ਼ਹੀਦਾਂ ਦਾ ਕੀਤਾ ਆਮ ਆਦਮੀ ਪਾਰਟੀ।